ਬੈਨੀਪਾਲ ਸ਼ੋਅ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਦੋਸਤੋ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਜਿਹੜੀ ਵਿਚਾਰ ਚਰਚਾ ਕਰਨੀ ਹੈ ਉਹ ਕੁਝ ਖਬਰਾਂ ਨੂੰ ਆਧਾਰ ਬਣਾ ਕੇ ਕਰਨੀ ਹੈ ਉਹ ਸਭ ਤੋਂ ਪਹਿਲਾਂ ਉਹ ਖਬਰਾਂ ਕਿਹੜੀਆਂ ਹੋਣਗੀਆਂ ਜਿਹੜੀਆਂ ਤੁਹਾਡੇ ਨਾਲ ਤਫਸੀਲ ਨਾਲ ਸਾਂਝੀਆਂ ਕਰਾਂਗਾ ਸਭ ਤੋਂ ਪਹਿਲੀ ਖਬਰ ਉਹ ਸਿੰਗਾਪੁਰ ਪਾਲੇ ਪਾਸਿਓ ਬਹੁਤ ਖੂਬਸੂਰਤ ਖਬਰ ਮਿਲੀ ਹੈ ਸਿਰਫ 43 ਵਰਿਆਂ ਦੇ ਪੰਜਾਬੀ ਵਿਅਕਤੀ ਨੇ ਇੱਕ ਨਵਾਂ ਇਤਿਹਾਸਿਕ ਨਵਾਂ ਕੀਰਤੀਮਾਨ ਸਫਲਤਾ ਦਾ ਝੰਡਾ ਗੱਡ ਦਿੱਤਾ ਹੈ। ਪ੍ਰੀਤਮ ਸਿੰਘ ਪ੍ਰਧਾਨ ਮੰਤਰੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਐਨ ਸਾਹਮਣੇ ਵਿਰੋਧੀ ਧਿਰ ਦੇ ਲੀਡਰ ਵਜੋਂ ਆਪੋਜੀਸ਼ਨ ਲੀਡਰ ਵਜੋਂ ਬੈਠਿਆ ਕਰਨਗੇ। ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਪ੍ਰੀਤਮ ਸਿੰਘ ਨੇ। ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜਦੋਂ ਇਹ ਖਬਰ ਮਿਲ ਹੀ ਰਹੀ ਸੀ ਤੇ ਇਧਰਾਂ ਅਮਰੀਕਾ ਵਾਲੇ ਪਾਸੋਂ ਇੱਕ ਮੰਦਭਾਗੀ ਖਬਰ ਮਿਲੀ ਹੈ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਲੇਕ ਤੇ ਗਿਆ ਹੈ ਤੈਰਨ ਲੱਗ ਪਏ ਪਰ ਨਸੀਬ ਨਹੀਂ ਹੋਇਆ ਕਿ ਉਹ ਜਿੰਦੇ ਜੀ ਬਾਹਰ ਨਿਕਲ ਆਵੇ ਇਹ ਖਬਰ ਬੜੀ ਮੰਦਭਾਗੀ ਹੈ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹਨਾਂ ਖਬਰਾਂ ਨੂੰ ਹੁਣ ਠੰਡ ਪੈ ਗਈ ਹੈ ਸ਼ਾਇਦ ਕੋਈ ਨਾ ਕੋਈ ਵੀਕਐਂਡ ਚੰਗਾ ਤੇ ਸੁਖ ਦਾ ਲੰਗੇਗਾ ਪਰ ਇਹ ਵੀ ਇੱਕ ਮੰਦਭਾਗੀ ਖਬਰ ਨੇ ਇੱਕ ਵਾਰੀ ਫਿਰ ਤੋਂ ਹੀ ਅੱਦੇ ਬਲੂਂਦਰ ਦਿੱਤੇ ਆ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਹ ਰੂਸ ਵਾਲੇ ਪਾਸੋਂ ਵੀ ਇੱਕ ਖਬਰ ਮਿਲ ਰਹੀ ਹੈ ਆਮ ਤੌਰ ਤੇ ਅਸੀਂ ਵੇਖ ਰਹੇ ਹਾਂ ਸਿਹਤ ਮਾਹਿਰ ਵੀ ਕਹਿ ਰਹੇ ਨੇ ਕਿ ਘਰਾਂ ਦੇ ਬਜਾਏ ਘਰ ਦੇ ਬਾਹਰ ਜੇਕਰ ਇਕੱਠੇ ਹੋ ਕੇ ਬੈਠ ਲਿਆ ਜਾਵੇ ਜਾਂ ਘਰ ਦੀ ਬਗੀਚੀ ਵਿੱਚ ਬੈਠ ਲਿਆ ਜਾਵੇ ਤਾਂ ਚੰਗਾ ਹੈ ਪਰ ਇੱਕ ਔਰਤ ਆਪਣੇ ਘਰ ਦੇ ਬਾਹਰ ਬਗੀਚੇ ਵਿੱਚ ਬੈਠੀ ਸੀ ਗਾਰਡਨ ਦੇ ਵਿੱਚ ਬੈਠੀ ਸੀ ਅੱਖ ਲੱਗ ਗਈ ਤੇ ਉਹਦੇ ਨਾਲ ਜਿਹੜਾ ਪਹਾਣਾ ਵਾਪਰਿਆ ਉਹ ਕਿਸੇ ਵੈਰੀ ਨਾਲ ਵੀ ਨਾ ਵਾਪਰੇ ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਖਬਰ ਯੂਪੀ ਦੇ ਵਿੱਚੋਂ ਮਿਲ ਰਹੀ ਹੈ ਆਗਰਾ ਸ਼ਹਿਰ ਦੇ ਵਿੱਚੋਂ ਮਿਲ ਰਹੀ ਹੈ ਜਿੱਥੇ 3 ਲੱਖ ਰੁਪਏ ਦੇ ਪਿੱਛੇ ਤਿੰਨ ਬੰਦੇ ਕਤਲ ਕਰ ਦਿੱਤੇ ਗਏ ਐ ਕਾਤਲ ਕੌਣ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਜਾਣਕਾਰੀ ਹੈ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਖਬਰ ਸੁਮੇਧ ਸੈਣੀ ਜਿਹੜੇ ਸਾਬਕਾ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਉਹਨਾਂ ਦੇ ਮਤਲਕਾ ਇੱਕ 29 ਵਰਿਆਂ ਦਾ ਕੇਸ ਪੁਰਾਣਾ ਲਗਭਗ 29 ਵਰਿਆਂ ਦੀ ਉਡੀਕ ਦੇ ਵਿੱਚ ਹੈ ਪਰਿਵਾਰ ਪਰਿਵਾਰ ਵੀ ਕੋਈ ਐਰਾ ਖੈਰਾ ਨਹੀਂ ਸੀ ਕਹਿੰਦਾ ਕਹਾਉਂਦਾ ਪਰਿਵਾਰ ਬਲਵੰਤ ਸਿੰਘ ਮਲਤਾਨੀ 29 ਬਰੇ ਪਹਿਲਾ ਕਰੋ ਚੁੱਕ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਗੁਰਦਬੁਰਦੀ ਕਰ ਦਿੱਤਾ ਜਾਂਦਾ ਆਈਏਐਸ ਅਫਸਰ ਦੇ ਇੱਕ ਮੁੰਡੇ ਨਾਲ ਇਹ ਬਾਣਾ ਵਾਪਰਿਆ ਪਰ ਹੁਣ ਫਿਰਦਾ ਸੀ ਭੱਜਿਆ ਤੇ ਦੌੜਿਆ ਕਿ ਸ਼ਾਇਦ ਕਾਨੂੰਨ ਤੋਂ ਬਚ ਜਾਵਾਂਗਾ ਪਰ ਬਗਾਨੇ ਦੂਰੇ ਹੋ ਕੇ ਟਕਰੇ ਨੇ ਦੁਗਣੇ ਹੋ ਕੇ ਟਕਰੇ ਨਹੀਂ ਅੱਜ ਅਦਾਲਤ ਨੇ ਕੀ ਕਿਹਾ ਤੇ ਹੁਣ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਤਸੱਲੀ ਨਾਲ ਵਿਸਥਾਰ ਨਾਲ ਗੱਲ ਕਰਾਂਗੇ ਪਰ ਉਹਦੇ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਘੰਟੀ ਜ਼ਰੂਰ ਨੱਪਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਹਦੇ ਨਾਲ ਜੇਕਰ ਵੀਡੀਓ ਦੇਖਣ ਤੋਂ ਬਾਅਦ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਵਾਲਾ ਬਟਨ ਫਿਰ ਦਬਾਉਣਾ ਨਾ ਭੁੱਲਿਓ ਧੰਨਵਾਦੀ ਹੋਵਾਂਗਾ ਆਉ ਸਭ ਤੋਂ ਪਹਿਲੀ ਸੋਹਣੀ ਤੇ ਸੁਨੱਖੀ ਖਬਰ ਖੂਬਸੂਰਤ ਖਬਰ ਤੁਹਾਡੇ ਨਾਲ ਸਾਂਝੀ ਕਰੀ ਉਹਦਾ ਕਾਰਨ ਇਹ ਹੈ ਕਿ ਜਿੱਥੇ ਕਿਤੇ ਸਫਲਤਾ ਦੇ ਝੰਡੇ ਪੰਜਾਬੀ ਗੱਡਦੇ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸਾਡੇ ਭਾਈਚਾਰੇ ਨਾਲ ਜੁੜੀ ਕੋਈ ਖਬਰ ਭਾਵੇਂ ਚੰਗੀ ਐ ਭਾਵੇਂ ਉਹ ਮਾੜੀ ਐ ਕਿਉਂਕਿ ਕਿਸੇ ਨੂੰ ਕਿਸੇ ਵਾਸਤੇ ਉਹ ਚਾਨਣ ਮੋਨਾਰੇ ਦਾ ਕੰਮ ਕਰ ਜਾਂਦੀ ਐ ਕਿਉਂਕਿ ਜੇ ਕਿਤੇ ਕੋਈ ਮੰਦਭਾਗੀ ਘਟਨਾ ਵਾਪਰੀ ਹੁੰਦੀ ਐ ਅਸੀਂ ਕੋਸ਼ਿਸ਼ ਕਰੀਏ ਫਿਰ ਕਿ ਜਰ ਫਲਾਣੇ ਨਾਲ ਆਹ ਵਾਪਰ ਗਿਆ ਸੀ ਆਪਾਂ ਇਸ ਕੰਮ ਨੂੰ ਨਾ ਕਰੀਏ ਕੱਲ ਨੂੰ ਚਰਚਾ ਹੋਏਗੀ ਤੇ ਜੇਕਰ ਕੋਈ ਸਫਲ ਵਿਅਕਤੀ ਹੁੰਦਾ ਕੋਈ ਨਵਾਂ ਇਤਿਹਾਸ ਸਿਰਜਦਾ ਉਹਨੂੰ ਵੇਖ ਕੇ ਹੋ ਸਕਦਾ ਕੋਈ ਹੋਰ ਵੀ ਸੋਚੇ ਕਿ ਜਰ ਮਿਹਨਤ ਕਰੀਏ ਮੁਸ਼ਕਤ ਕਰੀਏ ਆਪਾਂ ਵੀ ਮੰਜ਼ਿਲ ਪ੍ਰਾਪਤ ਕਰ ਸਕਦੇ ਆ ਆਪ੍ਰੀਤਮ ਸਿੰਘ ਸਾਲ 2000 ਦੇ ਵਿੱਚ ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਉੱਥੋਂ ਦੀ ਬੈਚਲਰ ਡਿਗਰੀ ਪ੍ਰਾਪਤ ਕਰਦੇ ਆ ਮਿਹਨਤ ਕਰਦੇ ਆ ਕਾਨੂੰਨ ਦੇ ਮਹਰ ਵੀ ਬਣਦੇ ਐ ਕਾਨੂੰਨ ਦੀ ਪੜ੍ਹਾਈ ਵੀ ਕਰਦੇ ਐ ਉਥੋਂ ਦੇ ਇਹ ਪੋਲੀਟੀਸ਼ੀਅਨ ਬਣਦੇ ਐ ਵਕੀਲ ਬਣਦੇ ਐ ਸਮਾਜ ਸੇਵੀ ਬਣਦੇ ਐ ਸੋ ਆਖਰਕਾਰ ਸਾਲ 2018 ਦੇ ਵਿੱਚ ਪਹਿਲਾਂ ਵੀ ਇੱਕ ਪਾਰਟੀ ਨਾਲ ਜੁੜੇ ਪਰ ਸਾਲ 2018 ਦੇ ਵਿੱਚ ਉਥੋਂ ਦੀ ਸਿੰਗਾਪੁਰ ਦੀ ਵਰਕਰਜ਼ ਪਾਰਟੀ ਦੇ ਜਨਰਲ ਸਕੱਤਰ ਤੇ ਲੀਡਰ ਬਣਨ ਦੇ ਵਿੱਚ ਕਾਮਯਾਬ ਹੁੰਦੇ ਐ ਹੁਣ ਸਿੰਗਾਪੁਰ ਦੇ ਵਿੱਚ ਤੋਂ ਆਮ ਚੋਣਾਂ ਹੋਈਆਂ ਉਹਦੇ ਵਿੱਚ 93 ਸੀਟਾਂ ਸੀ 93 ਦੇ ਉੱਤੇ ਹੀ ਪ੍ਰੀਤਮ ਸਿੰਘ ਦੀ ਵਰਕਰਜ਼ ਪਾਰਟੀ ਨੇ ਚੋਣ ਲੜੀ ਪਰ 93 ਦੇ ਵਿੱਚੋਂ ਸਿਰਫ 10 ਸੀਟਾਂ ਤੇ ਭਾਵੇਂ ਜਿੱਤ ਨਸੀਬ ਹੋਈ ਪਰ ਦੂਸਰੀ ਜਿਹੜੀ ਪਾਰਟੀ ਆ ਉੱਥੋਂ ਦੀ ਪੀਪੀ ਪਾਰਟੀ 93 ਦੇ ਵਿੱਚੋਂ 83 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਅਤੇ ਇਹ ਦੂਸਰੀ ਪਾਰਟੀ ਸੀ ਜਿਹੜੀ ਸਭ ਤੋਂ ਵੱਡੀ ਤੇ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਪ੍ਰੀਤਮ ਸਿੰਘ ਸੋ ਪ੍ਰੀਤਮ ਸਿੰਘ ਦਾ ਫਿਰ ਜਦੋਂ ਪਾਰਟੀ ਦੇ ਲੀਡਰ ਸੀ ਵਿਰੋਧੀ ਧਿਰ ਦੇ ਲੀਡਰ ਦਾ ਰਤਬਾ ਪ੍ਰਾਪਤ ਕਰਨਾਂ ਲਗ ਭਗ ਤੈ ਸੀ ਪਰ ਹੁਣ ਇੰਦਰਾਨੀ ਜਿਹੜੀ ਉਹ ਵੀ ਭਾਰਤੀ ਮੂਲ ਦੀ ਲੀਡਰ ਨੇ ਉਹਨਾਂ ਨੇ ਸਦਨ ਦੇ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਨੇ ਇਸ ਪੰਜਾਬੀ ਨੂੰ ਜਦੋਂ ਇਹਨਾਂ ਦਾ ਨਾਮ ਨਾਮਜ਼ਦ ਕੀਤਾ ਤੇ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਕੁਰਸੀ ਤੇ ਜਦੋਂ ਹਲਫ ਲੈਣ ਤੋਂ ਬਾਅਦ ਬਿਠਾਇਆ ਗਿਆ ਤੇ ਸਾਰਾ ਸਦਨ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਵਿਰੋਧੀ ਧਿਰ ਦੇ ਲੀਡਰ ਵਜੋਂ ਇਹਨਾਂ ਨੇ ਹਲਫ ਲੈ ਲਿਆ ਉਹਦੇ ਤੋਂ ਬਾਅਦ ਇਹ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੂੰ 40 ਮਿੰਟ ਸਦਨ ਦੇ ਵਿੱਚ ਭਾਸ਼ਣ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਉੱਥੇ ਹੀ ਖੁੱਲ੍ਹ ਕੇ ਲੋਕਾਂ ਦੇ ਹੱਕਾਂ ਦੇ ਵਿੱਚ ਬੋਲੇ ਇਹਦੇ ਨਾਲ ਇੱਕ ਇਹ ਵੀ ਅਹਿਮ ਪ੍ਰਾਪਤੀ ਹੈ ਵਿਰੋਧੀ ਧਿਰ ਦੇ ਲੀਡਰ ਤਾਂ ਬਣ ਹੀ ਗਏ ਨੇ ਸਿੰਗਾਪੁਰ ਦੇ ਵਿੱਚ ਤੇ ਜਿਹੜੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਐਨ ਸਾਹਮਣੇ ਕੁਰਸੀ ਹੈ ਇਹਨਾਂ ਦੀ ਅੱਖ 'ਚ ਅੱਖ ਪਾ ਕੇ ਉਹਦੇ ਨਾਲ ਗੱਲ ਕਰਿਆ ਕਰਨਗੇ ਹੁਣ ਵਿਰੋਧੀ ਧਿਰ ਦੀ ਭੂਮਿਕਾ ਕਿੰਨੇ ਚੰਗੇ ਨਾਲ ਨਿਭਾਉਂਦੇ ਆ ਵਿਰੋਧੀ ਧਰ ਦੇ ਲੀਡਰ ਦੀ ਭੂਮਿਕਾ ਕਿੰਨੇ ਚੰਗੇ ਤਰੀਕੇ ਨਾਲ ਨਿਭਾਉਂਦੀ ਹੈ ਇਹ ਇਹਨਾਂ ਦਾ ਭਵਿੱਖ ਤੈਅ ਕਰੇਗਾ ਕਿਉਂਕਿ ਭਵਿੱਖ ਦੇ ਵਿੱਚ ਹੋ ਸਕਦਾ ਹੈ ਇਸ ਵਾਰ 10 ਸੀਟਾਂ ਮਿਲੀਆਂ ਨੇ ਚੰਗੀ ਕਾਰਗੁਜ਼ਾਰੀ ਕਰੀ ਇਹ ਹੋਰ ਅਗਲੀਆਂ ਚੋਣਾਂ ਆਮ ਚੋਣਾਂ ਦੇ ਵਿੱਚ ਵੱਡੀ ਜਿੱਤ ਵੀ ਪ੍ਰਾਪਤ ਕਰ ਸਕਦੇ ਆ ਪਰ ਆਪਣੇ ਆਪ ਦੇ ਵਿੱਚ ਇਹ ਵੀ ਇਤਿਹਾਸ ਹੈ ਕਿ ਕਿਸੇ ਘੱਟ ਗਿਣਤੀ ਭਾਈਚਾਰੇ ਦਾ ਵਿਅਕਤੀ ਘੱਟ ਗਿਣਤੀ ਤੇ ਰੰਗਦਾਰ ਵਿਅਕਤੀ ਵਿਰੋਧੀ ਧਰ ਦਾ ਲੀਡਰ ਬਣ ਕੇ ਕਾਬਜ਼ ਹੋਇਆ ਹੋਵੇ ਸਿੰਗਾਪੁਰ ਵਰਗੇ ਬਾਹਰਲੇ ਮੁਲਕ ਦੇ ਵਿੱਚ ਹੁਣ ਇਸ ਵਿਅਕਤੀ ਤੋਂ ਆਮ ਭਾਈਚਾਰੇ ਤੇ ਘੱਟ ਗਣਤੀਆਂ ਨੂੰ ਬਹੁਤ ਉਮੀਦਾਂ ਨੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੀਤਮ ਸਿੰਘ ਦੀ ਕਾਰਗੁਜ਼ਾਰੀ ਕਿਹੋ ਜੀ ਰਹਿੰਦੀ ਹੈ ਹੁਣ ਇਹਦੇ ਨਾਲ ਜਿਹੜੀ ਇਹ ਤੇ ਚੰਗੀ ਖਬਰ ਸੀ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਯੂਨੀਵਰਸਿਟੀ ਆਫ ਵਫਲੋ ਦੇ ਵਿੱਚ ਪੜਨ ਵਾਲਾ 24 ਵਰਿਆਂ ਦਾ ਅਰਪਿਤ ਅਰਪਿਤ ਗੋਇਲ ਬੀਤੇ ਬੁੱਧਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਕਿਨਜ਼ੂਆ ਬੀਚ ਤੇ ਗਿਆ ਉਸ ਵਿੱਚ ਦੇ ਉੱਤੇ ਸਾਰੇ ਦੋਸਤ ਮਿੱਤਰ ਸਵਿਮਿੰਗ ਕਰਨ ਲੱਗ ਪਏ ਤੈਰਨ ਲੱਗ ਪਏ ਹੁਣ ਇਹ ਰੱਬ ਜਾਣੇ ਕਿਉਂਕਿ ਜਿਹੜੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਆ ਉਹ ਕਹਿੰਦੇ ਇਹ ਸਿਰਫ ਮਹਿਜ਼ ਇੱਕ ਹਾਦਸਾ ਵਾਪਰਿਆ ਕਿਸੇ ਨੇ ਜਾਣ ਬੁੱਝ ਕੇ ਕੰਮ ਨਹੀਂ ਕੀਤਾ ਅਰਪਿਤ ਗੋਲ ਆਪਣੇ ਦੋਸਤਾਂ ਦੇ ਨਾਲ ਉਸ ਕਿਨਜ਼ੂਆ ਵਿੱਚ ਦੇ ਵਿੱਚ ਤੈਰਨ ਵਾਸਤੇ ਗਿਆ ਪਰ ਵਾਪਸ ਨਹੀਂ ਨਿਕਲ ਸਕੇ ਹੁਣ ਦੇਖੋ ਕਿੰਨੇ ਲੋਕ ਕਿੰਨੇ ਬੰਦੇ ਕਿੰਨੀ ਅਧਿਕਾਰੀ ਕਿੰਨੀਆਂ ਟੀਮਾਂ ਨੇ ਅਰਪਿਤ ਗੋਇਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਪੈਂਸਲ ਵਿਨੀਆਂ ਦੇ ਵਿੱਚ ਇਹ ਦੁਖਦਾਇਕ ਘਟਨਾ ਵਾਪਰੀ ਹੈ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਤਾਰਾਂ ਖੜਕਾਈਆਂ ਗਈਆਂ ਕਿ ਅਰਪਿਤ ਗੋਇਲ ਕਿਨਜ਼ੂਆ ਬੀਚ ਦੇ ਵਿੱਚ ਡੁੱਬ ਗਿਆ ਤੁਸੀਂ ਦੇਖਿਓ ਮੈਂ ਤੁਹਾਨੂੰ ਜ਼ਿਕਰ ਕਰਨਾ ਕਿ ਕਿੰਨੀਆਂ ਟੀਮਾਂ ਪਹੁੰਚੀਆਂ ਵਾਰਨ ਕਾਉਂਟੀ ਦੇ ਸ਼ੈਰਫ ਪਹੁੰਚੇ ਵਾਰਨ ਕਾਉਂਟੀ ਦੇ ਪਬਲਿਕ ਸੇਫਟੀ ਆਫੀਸਰ ਪਹੁੰਚੇ ਵਾਰਨ ਕਾਉਂਟੀ ਦੇ ਕਾਰਨਰਜ਼ ਆਫੀਸਰ ਪਹੁੰਚੇ ਪੈਂਸਿਲਵਨੀਆ ਫਿਸ਼ ਐਂਡ ਬੋਟ ਦੇ ਕਮਿਸ਼ਨਰ ਪਹੁੰਚੇ ਯੂ ਐਸ ਫੋਰੈਸਟ ਐਂਡ ਸਰਵਿਸਸ ਦੇ ਡਾਈਵ ਟੀਮਾਂ ਪਹੁੰਚੀਆਂ ਇਹਦੇ ਨਾਲ ਨਾਲ ਗਲੇਡ ਕਲਿਆਰਡਨ ਸਿਟੀ ਆਫ ਵੈਰਨ ਦਾ ਫਾਇਰ ਵਿਭਾਗ ਪਹੁੰਚਿਆ ਐਮੀਆਂ ਟੀਮਾਂ ਕੁਝ ਮਿੰਟਾਂ ਸੈਕੰਡਾਂ ਦੇ ਅੰਦਰ ਅੰਦਰ ਅਰਪਿਤ ਗੋਲ ਨੂੰ ਬਚਾਉਣ ਵਾਸਤੇ ਪਹੁੰਚ ਤਾਂ ਗਈਆਂ ਪਰ ਇਸ ਹੋਣੀ ਨੂੰ ਉਹ ਟਾਲ ਨਾ ਸਕੀਆਂ ਮੈਂ ਪਹਿਲਾਂ ਵੀ ਕਈ ਵਾਰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਮੰਦ ਭਾਗੀਆਂ ਘਟਨਾਵਾਂ ਕੈਨੇਡਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਵਾਪਰੀਆਂ ਨੇ ਅਮਰੀਕਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਵਾਪਰੀਆਂ ਨੇ ਖਾਸ ਕਰਕੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੇ ਲੋਕ ਬੀਚ ਦੇ ਕਿਨਾਰੇ ਜਾਂਦੇ ਆ ਕਿਸੇ ਲੇਕ ਦੇ ਕਿਨਾਰੇ ਜਾਂਦੇ ਆ ਪਰ ਉਹਨਾਂ ਨੂੰ ਇਲਮ ਨਹੀਂ ਹੁੰਦਾ ਕਿ ਪਾਣੀ ਠੰਡਾ ਕਿੰਨਾ ਤੇ ਪਾਣੀ ਡੂੰਘਾ ਕਿੰਨਾ ਹੈ ਇਸ ਕਰਕੇ ਸ਼ਾਇਦ ਕੋਈ ਹੋਈ ਇੱਕ ਅਦਾਈ ਵੀਕਐਂਡ ਲੰਘਦਾ ਜਦੋਂ ਇਸ ਤਰ੍ਹਾਂ ਦੀ ਮੰਦ ਭਾਗੀ ਖਬਰ ਵੇਖਣ ਸੁਣਨ ਨੂੰ ਨਹੀਂ ਮਿਲਦੀ ਅਰਪਿਤ ਗੁਇਲ ਦੀ ਇਸ ਦੁਖਦਾਇਕ ਮੌਤ ਦੇ ਉੱਤੇ ਅਸੀਂ ਫੇਰ ਇੱਕ ਵਾਰੀ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਨਾਲ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਕਿ ਜਾਓ ਜਿਹੜੀਆਂ ਕੁਦਰਤੀ ਥਾਵਾਂ ਨੇ ਜਗਾਵਾਂ ਨੇ ਵੇਖਣੀਆਂ ਚਾਹੀਦੀਆਂ ਪਰ ਦੂਰ ਰਹਿ ਕੇ ਪਾਣੀ ਠੰਡੇ ਬਹੁਤ ਨੇ ਬਰਫ਼ ਪਿਗਲ ਪਿਗਲ ਕੇ ਪਾਣੀ ਆ ਰਿਹਾ ਹੈ ਹਾਈਪੋਥਰਮੀਆ ਹੋ ਜਾਂਦਾ ਹੈ ਚਾਹ ਕੇ ਵੀ ਬੰਦਾ ਹੱਥ ਪੈਰ ਮਾਰ ਨਹੀਂ ਸਕਦਾ ਮੈਂ ਪਹਿਲਾਂ ਵੀ ਕਈ ਵਾਰੀ ਅਪੀਲ ਕੀਤੀ ਹੈ ਤੇ ਅੱਜ ਇੱਕ ਵਾਰੀ ਫੇਰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਾਓ ਪਰ ਤੈਰਨ ਤੋਂ ਗੁਰੇਜ਼ ਕਰੋ ਜੇਕਰ ਪ੍ਰੋਪਰ ਗੀਅਰ ਤੁਹਾਡੇ ਕੋਲ ਹੈ ਨਹੀਂ ਫਿਰ ਤੇ ਕੋਈ ਗੁਰੇਜ਼ ਕਰੋ ਮੈਂ ਵੇਖਿਆ ਕਿ ਬਹੁਤ ਸਾਰੇ ਲੋਕ ਨੇ ਪਾਣੀ ਦੀਆਂ ਛੱਲਾਂ ਸਮੁੰਦਰ ਦੀਆਂ 5 5 7 7 ਫੁੱਟ ਉੱਚੀਆਂ ਛੱਲਾਂ ਆਉਂਦੀਆਂ ਨੇ ਠੰਡੇ ਪਾਣੀ ਦੀਆਂ ਪਰ ਪ੍ਰੋਪਰ ਗੀਅਰ ਪਾਇਆ ਹੋਇਆ ਉਹਨੂੰ ਪਤਾ ਵੀ ਨਹੀਂ ਲੱਗਦਾ ਹੁਣ ਸਾਡੇ ਨਾਲ ਕੱਪੜੇ ਨਹੀਂ ਅਸੀਂ ਮਾਊਂਟੇਨ ਤੇ ਚੜਨ ਚੱਲੇ ਆਂ ਕਈ ਵਾਰੀ ਨਾ ਸਾਡੇ ਪ੍ਰੋਪਰ ਸ਼ੂ ਨੇ ਨਾ ਸਾਡੇ ਕੋਲੇ ਮੁੜਨ ਦਾ ਨਾ ਸਾਡੇ ਕੋਲ ਕੋਈ ਮੈਪ ਨਾ ਸਾਡੇ ਕੋਲੇ ਬਿਆਰ ਨੂੰ ਕੋਈ ਮਿਲ ਗਿਆ ਕੋਈ ਜੰਗਲੀ ਜੀਵ ਮਿਲ ਗਿਆ ਨਾ ਕੋਈ ਸਪਰੇਅ ਹੈ ਸੋ ਘੱਟੋ-ਘੱਟ ਜੇਕਰ ਜਾਣਾ ਹੈ ਤਾਂ ਤਿਆਰੀ ਕਰਕੇ ਜਾਈਏ ਜੰਗਲ ਦੇ ਵਿੱਚ ਕੋਈ ਵੀ ਜਾਨਵਰ ਮਿਲ ਸਕਦਾ ਹੈ ਇਸ ਤਰ੍ਹਾਂ ਕਈ ਵਾਰੀ ਅਸੀਂ ਆਪਣੀ ਜਾਨ ਦਾ ਖੋਪਾ ਪੈਦਾ ਕਰ ਲੈਂਦੇ ਹਾਂ ਸੋ ਅਪੀਲ ਹੈ ਉਮੀਦ ਹੈ ਕਿ ਤੁਸੀਂ ਇਸ ਤੇ ਉੱਤੇ ਗੌਰ ਕਰੋਗੇ ਸੋ ਅਗਲੀ ਜਿਹੜੀ ਖਬਰ ਹੈ ਉਹ ਸੁਮੇਦ ਸਿੰਘ ਸੈਣੀ ਦੇ ਨਾਲ ਜੁੜੀ ਹੋਈ ਖਬਰ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਲਗਭਗ 29 ਬਰੇ ਪਹਿਲਾਂ ਸਟਕੋ ਦੇ ਜੇਈ ਅਤੇ ਪੰਜਾਬ ਦੇ ਸਾਬਕਾ ਆਈਐਸ ਅਫਸਰ ਦੇ ਪੁੱਤਰ ਬਲਵੰਤ ਸਿੰਘ ਮਲਤਾਨੀ ਨੂੰ ਸਵੇਰ ਦੇ ਵੱਡੇ ਤੜਕੇ ਉਹਨਾਂ ਦੇ ਘਰ ਦੇ ਵਿੱਚੋਂ ਜ਼ਬਰੀ ਚੁੱਕ ਲਿਆ ਜਾਂਦਾ ਹੈ ਚੁੱਕ ਕੇ ਬੇਤਹਾਸ਼ਾ ਤਸ਼ੱਦਦ ਕੀਤਾ ਜਾਂਦਾ ਹੈ ਫਿਰ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ ਪਰ ਪਰਿਵਾਰ 29 ਵਰਿਆਂ ਤੋਂ ਆਖ ਰਿਹਾ ਸੀ ਕਿ ਸਾਡੇ ਪੁੱਤ ਨੂੰ ਮਾਰ ਦਿੱਤਾ ਖਪਾ ਦਿੱਤਾ ਪਰ ਨਹੀਂ ਸੀ ਮੰਨਦੇ ਤਕੜੇ ਦਾ ਸੱਤੀ ਵੀ ਹੀ 100 ਅਫਸਰ ਸੀ ਭਾਈ ਹੁਣ ਇੱਕ ਵਰਦੀ ਧਾਰੀ ਬੰਦੇ ਦਾ ਕੰਮ ਹੈ ਕਿ ਲੋਕਾਂ ਦੀ ਸੁਰੱਖਿਆ ਦੇਵੇ ਸੁਰੱਖਿਆਤ ਰੱਖੇ ਲੋਕਾਂ ਨੂੰ ਪਰ ਵਰਦੀ ਧਾਰੀ ਦਾ ਕਾਤਲ ਹੋਣਾ ਜ਼ਰੂਰੀ ਨਹੀਂ ਕਿਉਂ ਕਾਤਲ ਹੋਵੇ ਬਿਲਕੁਲ ਨਹੀਂ ਪਰ ਬਹੁਤ ਇਲਜ਼ਾਮ ਲੱਗਦੇ ਰਹੀ ਤੁਸੀਂ ਦੇਖੋ ਕਿ ਐਸਐਸਪੀ ਤੋਂ ਡੀਆਈਜੀ ਡੀਆਈਜੀ ਤੋਂ ਆਈਜੀ ਆਈਜੀ ਤੋਂ ਏਡੀਜੀਪੀ ਡੀਜੀਪੀ ਸਭ ਤੋਂ ਵੱਡੇ ਆ ਉਹਦੇ ਤੱਕ ਪੰਜਾਬ ਪੁਲਿਸ ਤੱਕ ਇਹ ਬੰਦਾ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਪਰ ਆਖਰਕਾਰ ਪਰਿਵਾਰ ਨੇ ਆਸ ਦਾ ਪੱਲਾ ਨਹੀਂ ਛੱਡਿਆ ਬੀਤੇ ਦਿਨੀ ਪ੍ਰਦੀਪ ਵਿਰਕ ਹੋਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਤਸ਼ੱਦਦ ਕੀਤਾ ਗਿਆ ਇੱਕ ਨਾਲ ਦੇ ਹਵਾਲਾਤੀ ਨੇ ਦੱਸਿਆ ਕਿ ਬਲਵੰਤ ਸਿੰਘ ਮਲਤਾਨੀ ਨੂੰ ਲਿਆ ਕੇ ਥਾਣੇ ਦੇ ਵਿੱਚ ਏਸਾ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਕਿ ਉਹਦੇ ਪਿੱਛੇ ਦੀ ਪਾ ਕੇ ਇੱਕ ਬਾਸ ਦਾ ਡੰਡਾ ਉਤੋਂ ਠੁੱਡੇ ਮਾਰੇ ਬਲੀਡਿੰਗ ਹੋਣੀ ਐਸੀ ਲੱਗੀ ਕਿ ਮੁੜ ਕੇ ਬਲੀਡਿੰਗ ਬੰਦ ਨਹੀਂ ਹੋਈ ਪੁਲਿਸ ਅਫਸਰਾਂ ਨੇ ਦੱਸਿਆ ਕਿ ਜਦੋਂ ਇਸ ਤਰ੍ਹਾਂ ਉਹਦੇ ਪਿੱਛੇ ਠੁੱਡੇ ਮਾਰੇ ਜਾ ਰਹੇ ਸੀ ਅੱਖਾਂ ਉਹਦੀਆਂ ਬਾਹਰ ਨਿਕਲ ਗਈਆਂ ਸੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਘਣਾਉਣਾ ਕਿਵੇਂ ਮਨੁੱਖੀ ਹੱਕਾਂ ਦੀ ਉਲੰਘਣਾ ਹੈ ਹੁਣ ਜਿਹੜੇ ਦੋ ਵਾਅਦਾ ਮਾਫ ਗਵਾਹ ਬਣੇ ਨੇ ਕੁਲਦੀਪ ਸਿੰਘ ਸੰਧੂ ਤੇ ਜਗੀਰ ਸਿੰਘ ਉਹਨਾਂ ਨੇ ਵੀ ਇਹ ਅਦਾਲਤ ਦੇ ਵਿੱਚ ਬਿਆਨ ਹੂਬੂ ਦਰਜ ਕਰਵਾਏ ਨੇ ਕਮਾਲ ਆ 29 ਬਰੇ ਪਤਾ ਨਹੀਂ ਕਿਵੇਂ ਆਪਣੀ ਹੱਕ ਦੇ ਉੱਤੇ ਪੱਥਰ ਰੱਖ ਕੇ ਤੁਰੇ ਫਿਰਦੇ ਰਹੇ ਹੋਣਗੇ ਕਿੰਨਾ ਬੋਝ ਰਿਹਾ ਹੋਣਾ ਪਰ ਆਖਰਕਾਰ ਨਹੀਂ ਬੋਝ ਚੱਕ ਸਕੇ ਰਿਟਾਇਰਮੈਂਟ ਹੋ ਗਈ ਹੈ ਤੇ ਹੁਣ ਉਹਨਾਂ ਨੇ ਸੱਚ ਉਗਲ ਦਿੱਤਾ ਤੇ ਇਹ ਸੱਚ ਅਦਾਲਤ ਦੇ ਵਿੱਚ ਉਗਲਣ ਤੋਂ ਬਾਅਦ ਪੀੜਤ ਪਰਿਵਾਰ ਮੁਲਤਾਨੀ ਪਰਿਵਾਰ ਦੇ ਵਕੀਲ ਪ੍ਰਦੀਪ ਬਿਰਕ ਦਫਾ 302 ਇਸ ਮੁਕੱਦਮੇ ਦੇ ਵਿੱਚ ਜੋੜਨ ਦੇ ਵਿੱਚ ਜੜਵਾਉਣ ਦੇ ਵਿੱਚ ਕਾਮਯਾਬ ਹੋ ਗਏ ਪਰ ਉਸੇ ਦਿਨ ਤੋਂ ਅਦਾਲਤ ਨੇ ਕਿਹਾ ਸੀ ਕਿ ਜੇਕਰ ਕੋਈ ਹੋਰ ਧਾਰਾ ਜੋੜੀ ਜਾਵੇ ਤਾਂ ਘੱਟੋ ਘੱਟ 3 ਦਿਨ ਦਾ ਪਹਿਲਾ ਨੋਟਿਸ ਦਿੱਤਾ ਜਾਵੇ ਸਮੇਤ ਸਿੰਘ ਸੈਣੀ ਨੂੰ ਨੋਟਿਸ ਸਰਵ ਕਰ ਦਿੱਤਾ ਗਿਆ। ਉਹਦੇ ਤੋਂ ਬਾਅਦ ਸੈਟ ਨੇ ਛਾਪਾਂ ਮਾਰੀ ਕਰਕੇ ਤਿੰਨ ਦਿਨ ਲੰਘਣ ਤੋਂ ਬਾਅਦ ਵੀ ਉਸ ਨੇ ਫਿਰ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ। ਉਹਨੂੰ 1 ਦਿਨ 2 ਦਿਨ ਮਿਲ ਗਿਆ ਤੇ 3 ਦਿਨ ਮਿਲ ਗਿਆ। ਪਰ ਇਸ ਦੇ ਬਾਵਜੂਦ ਵੀ ਜਦੋਂ ਸੈਟ ਉਸਤੇ ਘਰ ਜਾਂਦੀ ਹੈ, ਫਾਰਮ ਹਾਊਸ ਤੇ ਜਾਂਦੀ ਹੈ, ਸਮੇਤ ਸਿੰਘ ਸੈਣੀ ਘਰ ਨਹੀਂ ਮਿਲਦੇ। ਉਹਦੇ ਤੋਂ ਬਾਅਦ ਅਦਾਲਤ ਦੇ ਵਿੱਚ ਫਿਰ ਪਟੀਸ਼ਨ ਪਾਈ ਗਈ ਕਿ ਉਸ ਨੇ ਜ਼ਮਾਨਤ ਦੀ ਉਲੰਘਣਾ ਕੀਤੀ ਹੈ। ਉਹਨੂੰ ਘਰੋਂ ਬਾਹਰ ਲਾਕਡਾਊਨ ਦੇ ਵਿੱਚ ਸੀ ਜਾ ਨਹੀਂ ਸੀ ਸਕਦਾ। ਇਸ ਗੱਲ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਸੁਮੇਧ ਸਿੰਘ ਸੈਣੀ ਦੇ ਖਿਲਾਫ ਸਰਕਾਰੀ ਵਕੀਲ ਜਿਹੜੇ ਵਿਸ਼ੇਸ਼ ਨੇ ਸਰਤੇਜ ਨਰੂਲਾ ਸਰਕਾਰੀ ਵਕੀਲ ਸੰਜੀਵ ਬਤਰਾ ਅਤੇ ਪੀੜਤ ਪਰਿਵਾਰ ਮਲਤਾਨੀ ਪਰਿਵਾਰ ਦੇ ਵਕੀਲ ਪ੍ਰਦੀਪ ਵਿਰਖ ਹੋਰਾਂ ਨੇ ਅਦਾਲਤ ਦੇ ਵਿੱਚ ਜ਼ਬਰਦਸਤ ਦਲੀਲਾਂ ਦਿੱਤੀਆਂ ਗਈਆਂ ਦੋਵੇਂ तरहਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਸੁਮੇਧ ਸੈਣੀ ਦਾ ਜਿਹੜਾ ਵਕੀਲ ਸੀ ਏ ਪੀ ਐਸ ਦਿਓਲ ਉਹਨੇ ਆਪਣੀਆਂ ਸੁਮੇਧ ਸੈਣੀ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਤੇ ਦੂਸਰੇ ਵਕੀਲਾਂ ਨੇ ਉਸ ਤੇ ਵਿਰੋਧ ਵਿੱਚ ਦਲੀਲਾਂ ਦਿੱਤੀਆਂ ਆਖਰਕਾਰ ਅੱਜ ਅਦਾਲਤ ਨੇ ਦੋਵੇਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਮੇਧ ਸੈਣੀ ਦੀ ਜ਼ਮਾਨਤ ਖਾਰਜ ਕਰ ਦਿੱਤੀ ਹੈ ਸੋ ਹੁਣ ਮਹਾਲੀ ਦੀ ਪੁਲਿਸ ਅਤੇ ਸੈਟ ਦੋਵੇਂ ਟੀਮਾਂ ਸਿਰ ਤੋੜ ਯਤਨ ਕਰਦੀਆਂ ਨੇ ਕਿਸੇ ਵੇਲੇ ਵੀ ਛਾਪੇਮਾਰੀ ਕਰਕੇ ਸੁਮੇਧ ਸੈਣੀ ਜਿੱਥੇ ਲਿਆ ਕੇ ਲੋਕਾਂ ਨੂੰ ਹਵਾ ਲਾਤ ਚ ਡੱਕਦਾ ਸੀ ਉਹ ਸਮਾਂ ਹੁਣ ਦੂਰ ਨਹੀਂ ਕੁਝ ਘੰਟੇ ਦੂਰ ਹੋ ਸਕਦੇ ਆ ਕੁਝ ਦਿਨ ਦੂਰ ਹੋ ਸਕਦੇ ਆ ਪਰ ਕਿੰਨੀ ਦੇਰ ਬਚੇਗਾ ਬਹੁਤ ਦੇਰ ਭੱਜ ਲਿਆ ਆਖਰਕਾਰ ਲੋਕਾਂ ਨੂੰ ਭਜਾਉਣ ਵਾਲਾ ਆ ਚੰਗੇ ਵਕੀਲਾਂ ਦੀ ਟੀਮ ਨੇ ਭਜਾ ਲਿਆ ਹੁਣ ਭੱਜਦਾ ਤੇ ਲੋਕ ਦਾ ਫਰਦਾ ਹੈ ਦੇਖੋ ਕਿ ਗ੍ਰਿਫਤਾਰੀ ਸਮੇਤ ਸੈਣੀ ਦੀ ਕਦੋਂ ਹੁੰਦੀ ਹੈ ਹੁਣ ਗ੍ਰਿਫਤਾਰੀ ਹੋਣੀ ਹਜੇ ਐਫ ਆਈ ਆਰ ਦਰਜ ਕਰਵਾਉਣ ਦੇ ਵਿੱਚ ਹੀ 29 ਸਾਲ ਲੱਗੇ ਆ ਫਰਦਰ ਇਨਕੁਆਰੀਆਂ ਚੱਲਣਗੀਆਂ ਪੁੱਛ ਪੜਤਾਲ ਹੋਏਗੀ ਫਿਰ ਉਹ ਕੀ ਕਹਿੰਦਾ ਫਿਰ ਉਹਦੇ ਤੇ ਜਾਂਚ ਪੜਤਾਲ ਹੋਏਗੀ ਹਲੇ ਇੰਨੀ ਨੇੜੇ ਨਹੀਂ ਜਿੰਨੀ ਅਸੀਂ ਸੋਚਣ ਲੱਗੇ ਆ ਕਿ ਸਮੇਤ ਸੈਣੀ ਨੂੰ ਸ਼ਾਇਦ ਕੋਈ ਬਹੁਤ ਵੱਡੀ ਸਜ਼ਾ ਹੋ ਜਾਏਗੀ ਪਰ ਇਹ ਵੀ ਕੋਈ ਸੁਖਾਲਾ ਨਹੀਂ ਸੀ ਸੁਮੇਧ ਸੈਣੀ ਵਰਗੇ ਵਿਅਕਤੀ ਤਾਕਤਵਰ ਵਿਅਕਤੀ ਜਿਹੜਾ ਪੰਜਾਬ ਪੁਲਿਸ ਦਾ ਮੁਖੀ ਰਿਹਾ ਹੋਵੇ ਉਹਦੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਵਾਉਣਾ ਉਹਨੂੰ ਮਿਲੀ ਹੋਈ ਜ਼ਮਾਨਤ ਰੱਦ ਕਰਵਾਉਣੀ ਅਦਾਲਤ ਨੇ ਮੁੱਢੋਂ ਹੀ ਰੱਦ ਕਰ ਦਿੱਤੀ ਹੈ ਉਸ ਦੀ ਅਦਾਲਤ ਤੇ ਹੁਣ ਦੇਖਦੇ ਹਾਂ ਕਿ ਉਸ ਦੀ ਗ੍ਰਿਫਤਾਰੀ ਪੁਲਿਸ ਜਾਂ ਸੈੱਟ ਕਦੋਂ ਕਰਦੀ ਹੈ ਇਹ ਵੇਖਣਾ ਹੋਵੇਗਾ ਜਿਹੜੀ ਅਪਡੇਟ ਆਈ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਸਾਂਝੀ ਕਰਾਂਗੇ ਹੁਣ ਅਗਲੀ ਖਬਰ ਉਹ ਰੂਸ ਵਾਲੇ ਪਾਸਿਓਂ ਹੈਰਾਨੀ ਜਨਕ ਮਿਲੀ ਹੈ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਸੌਂਦੇ ਆ ਪਤਾ ਹੀ ਨਹੀਂ ਉਹਨਾਂ ਨੂੰ ਲੱਗਦਾ ਕਿ ਮੂੰਹ ਕਦੋਂ ਖੋਲੇ ਜਾਂਦਾ ਅਸਲ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸਿਰਫ ਨੱਕ ਰਾਹੀਂ ਸਾਹ ਲੈਂਦੇ ਆ ਬਹੁਤ ਸਾਰੇ ਲੋਕ ਨੇ ਉਹ ਨੱਕ ਰਾਹੀਂ ਵੀ ਸਾਹ ਲੈ ਲੈਂਦੇ ਆ ਤੇ ਮੂੰਹ ਰਾਹੀਂ ਵੀ ਸਾਹ ਲੈ ਲੈਂਦੇ ਆ ਕਈਆਂ ਨੂੰ ਸਲੀਪ ਐ ਆਪਣੀ ਐ ਉਹ ਘਰਾੜੇ ਮਾਰਦੇ ਆ ਤੇ ਮੂੰਹ ਖੋਲ ਕੇ ਸਾਹ ਲੈਂਦੇ ਆ ਇਸ ਔਰਤ ਨੇ ਆਪਣੀ ਗਾਰਡਨ ਦੇ ਵਿੱਚ ਬੈਠੀ ਬੈਠੀ ਦੀ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ ਅਚਨ ਚੇਤ ਜਦੋਂ ਉੱਠਦੀ ਆ ਬੜਵਾਹੇ ਤੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ਆਰ ਪਰਿਵਾਰ ਨੂੰ ਸੱਦਿਆ ਕਿ ਮੈਨੂੰ ਸਾਹ ਨਹੀਂ ਆ ਰਿਹਾ ਛੇਤੀ ਕਰੋ ਕਾਲੀ ਦਿਨੇ ਹਸਪਤਾਲ ਲੈ ਗਏ ਹਸਪਤਾਲ ਦੇ ਵਿੱਚ ਉਸਦੀ ਲਗਾਤਾਰ ਹਾਲਤ ਵਿਗੜਨ ਲੱਗੀ ਤੇ ਸਾਹ ਲਗਪਾ ਗੁਸਤਾ ਬੰਦ ਹੋਣ ਲੱਗਿਆ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਰਾਈਟ ਵੇ ਉਸੇ ਹੀ ਵਕਤ ਐਨਸਥੀਸੀਆ ਦਿੱਤਾ ਗਿਆ ਬੇਹੋਸ਼ ਕਰਕੇ ਵੇਖਿਆ ਗਿਆ ਮੂੰਹ ਦੇ ਵਿੱਚ ਪਾਈਪ ਪਾ ਕੇ ਕੈਮਰਾ ਪਾ ਕੇ ਦੇਖੀ ਤਾਂ ਸਹੀ ਬਿਮਾਰੀ ਕੋਈ ਨਹੀਂ ਲੱਗ ਰਹੀ ਸਾਹ ਕਿਉਂ ਰੁਕ ਰਿਹਾ ਹੈ ਡਾਕਟਰ ਖੁਦ ਹੈਰਾਨ ਸੀ ਉਹਨਾਂ ਨੇ ਵੇਖਿਆ ਕਿ ਉਸ ਦੀ ਸਾਹ ਨਾਲੀ ਦੇ ਅੱਗੇ ਲਗਭਗ 4 ਫੁੱਟ ਲੰਬਾ ਸੱਪ ਵੜਿਆ ਹੋਇਆ। ਪਤਲਾ 4 ਫੁੱਟ ਲੰਬਾ ਸੱਪ ਡਾਕਟਰਾਂ ਨੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਕਿਸੇ ਮੈਡੀਕਲ ਯੰਤਰ ਦੇ ਨਾਲ ਟਿਊਬ ਦੇ ਨਾਲ ਹੌਲੀ 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 ਉਹ ਸੱਪ ਬਾਹਰ ਕੱਢਿਆ। ਹੁਣ ਜਿਹੜੀ ਇਹ ਘਟਨਾ ਵਾਪਰੀ ਹੈ ਰੂਸ ਦੇ ਦਾਗੈਸਤਾਨ ਦੇ ਲਿਵਾਸੀ ਪਿੰਡ ਦੇ ਵਿੱਚ ਘਟਨਾ ਵਾਪਰੀ ਜਿੱਥੇ ਲਗਭਗ 11.5 ਹਜ਼ਾਰ ਦੀ ਆਬਾਦੀ ਹੈ। ਹੁਣ ਇਸ ਔਰਤ ਨੂੰ ਹਸਪਤਾਲ ਦੇ ਡਾਕਟਰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਸੱਪ ਉਸ ਦੇ ਸਰੀਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਹੁਣ ਉਸ ਔਰਤ ਦੀ ਜਦੋਂ ਖਬਰ ਹੁਣ ਦੁਨੀਆ ਦੇ ਅਖਬਾਰਾਂ ਦੇ ਵਿੱਚ ਲੱਗ ਚੁੱਕੀ ਹੈ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਯਾਰ ਅਸੀਂ ਤੇ ਆਮ ਹੀ ਮੂੰਹ ਖੋਲ ਕੇ ਸੌਨੇ ਆ ਸਾਨੂੰ ਤੇ ਨਹੀਂ ਪਤਾ ਪਰ ਸਾਨੂੰ ਘਰ ਦੇ ਪਰਿਵਾਰਕ ਮੈਂਬਰ ਦੱਸਦੇ ਆ ਪਰ ਦਾਗਿਸਤਾਨ ਦੀ ਸਰਕਾਰ ਨੇ ਆਮ ਲੋਕਾਂ ਦੇ ਹੁਣ ਬਾਹਰ ਪੈਣ ਤੇ ਸੌਣ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਜਦੋਂ ਆ ਖਬਰ ਉਹਨਾਂ ਨੂੰ ਪਤਾ ਲੱਗੀ ਹੈ। ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਖਬਰ ਹੈ ਕਿ ਇੰਜ ਵੀ ਹੋ ਸਕਦਾ ਪਰ ਅਗਲੀ ਖਬਰ ਜਿਹੜੀ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੂਪੀ ਦੇ ਆਗਰਾ ਸ਼ਹਿਰ ਦੇ ਵਿੱਚੋਂ ਇਤਮਾਦ ਉਦਦੌਲਾ ਇਲਾਕੇ ਵਿੱਚ ਤਿੰਨ ਕਤਲ ਹੋਏ ਇੱਕ ਤੋਂ ਬਾਅਦ ਇੱਕ ਮਾਰੀਆਂ ਘਟਨਾਵਾਂ ਵਾਪਰਦੀਆਂ ਦੁਨੀਆ ਪਰਚੋਂ ਖਬਰਾਂ ਮਿਲ ਰਹੀ ਨੇ ਉਸੇ ਤਰ੍ਹਾਂ ਦੀ ਖਬਰ ਇਹ ਹੁਣ 55 ਵਰਿਆਂ ਦਾ ਰਗਵੀਰ 52 ਵਰਿਆਂ ਦੀ ਉਸਦੀ ਪਤਨੀ ਮੀਰਾ ਅਤੇ 22 ਸਾਲ ਦਾ ਉਸਦਾ ਪੁੱਤਰ ਬੱਬਲੂ ਤਿੰਨਾਂ ਦੀ ਮੌਤ ਹੋਈ ਹੈ। ਅਰ ਪੁਲਿਸ ਨੇ ਪੰਜ ਟੀਮਾਂ ਬਣਾਈਆਂ। 24 ਘੰਟਿਆਂ ਦੇ ਅੰਦਰ ਅੰਦਰ ਕਾਤਲ ਫੜ ਲਏ। ਹੁਣ ਕਾਤਲ ਫੜੇ ਕਿਵੇਂ ਗਏ? ਅਸਲ ਦੇ ਵਿੱਚ ਰਗਵੀਰ ਪਰਚੂਨ ਦੀ ਦੁਕਾਨ ਕਰਦਾ ਸੀ ਪਿੰਡ ਵਿੱਚ। ਹੁਣ ਬਬਲੂ ਆ ਜਿਹੜਾ 22 ਵਰਿਆਂ ਦਾ ਨੌਜਵਾਨ ਸੀ ਇਸਨੇ ਆਪਣੇ ਇੱਕ ਮਿੱਤਰ ਤੋਂ ਮਿੱਤਰ ਦਾ ਸੁਭਾਸ਼ ਉਹਦੇ ਤੋਂ ਕੁਝ ਸਮਾਂ ਪਹਿਲਾਂ 3 ਲੱਖ ਰੁਪਏ ਉਧਾਰ ਫੜੇ, ਹੱਥੋਂ ਉਧਾਰ ਫੜ ਲਏ। ਸੁਭਾਸ਼ ਇਹ ਨੂੰ ਬਾਰ-ਬਾਰ ਕਹਿੰਦਾ ਰਹਿੰਦਾ ਕਿ ਭਾਈ ਮੇਰੇ ਪੈਸੇ ਵਾਪਸ ਕਰ। ਹੁਣ ਇਹ ਬਬਲੂ ਜਾਣਦਾ ਜਾਂ ਸੁਭਾਸ਼ ਜਾਣਦਾ ਕਿ ਕਿੰਨੀ ਦੇਰ ਵਾਸਤੇ ਲੈਈ ਸੀ ਕੀ ਕਹਿ ਕੇ ਲੈਈ ਸੀ ਕਿਉਂਕਿ ਬਬਲੂ ਤਾਂ ਹੁਣ ਇਥੋਂ ਮਰਦਾ ਗਾਇਬ ਹੋ ਗਿਆ ਉਸ ਤੋਂ ਬਹੁਤ ਹੋ ਚੁੱਕੀ ਹੈ ਹੁਣ ਇੱਕ ਪੱਖ ਸੁਭਾਸ਼ ਦਾ ਉਹ ਵੇਖਦੇ ਆ ਕਿ ਪੁਲਿਸ ਨੂੰ ਕੀ ਜਾਣਕਾਰੀ ਦਿੰਦਾ ਹੈ ਸੁਭਾਸ਼ ਨੇ ਦੱਸਣ ਮੁਤਾਬਕ ਕਿ ਮੈਂ ਵਾਰ-ਵਾਰ ਉਸ ਤੋਂ ਬਬਲੂ ਤੋਂ ਪੈਸਿਆਂ ਦੀ ਮੰਗ ਕਰਦਾ ਪਰ ਹਾਲਿਓ ਪੈਸੇ ਮੇਰੇ ਵਾਪਸ ਨਹੀਂ ਸੀ ਕਰ ਰਿਹਾ ਆਪਣੇ ਪੈਸੇ ਵਾਪਸ ਲੈਣ ਦੇ ਵਾਸਤੇ ਮੈਂ ਆਪਣੇ ਭਰਾ ਗਜਿੰਦਰ ਨਾਲ ਗੱਲ ਕੀਤੀ ਅਤੇ ਮੇਰੇ ਭਰਾ ਨੇ ਇੱਕ ਵਕੀਲ ਦੇ ਨਾਲ ਗੱਲਬਾਤ ਕੀਤੀ ਫਿਰ ਆਖਰਕਾਰ ਅਸੀਂ ਇਹ ਫੈਸਲਾ ਲੈ ਲਿਆ ਕਿ ਜੇਕਰ ਵਾਰ-ਵਾਰ ਕਹਿਣ ਤੇ ਬੱਬਲੂ ਸਾਡੇ ਪੈਸੇ ਮੋੜਦਾ ਨਹੀਂ ਤੇ ਅਲਖੀ ਕਿਉਂ ਨਾ ਮਕਾ ਦਈਏ ਇਹਨਾਂ ਦੀ ਇਹਨਾਂ ਨੇ ਆ ਬੀਤੇ ਦਿਨੀ ਇੱਕ ਤਰਕੀਬ ਬਣਾਈ ਤੇ ਇਹਨਾਂ ਦੇ ਘਰੇ ਜਾ ਵੜੇ ਘਰ ਜਾ ਕੇ ਇਹਨਾਂ ਨੇ ਤਿੰਨਾਂ ਨੂੰ ਹੀ ਮਾਰ ਮੁਕਾਇਆ ਮਾਂ ਨੂੰ ਪੁੱਤ ਨੂੰ ਤੇ ਬੱਬਲੂ ਦੇ ਬਾਪ ਨੂੰ ਮਾਰਨ ਤੋਂ ਬਾਅਦ ਸੁਭਾਸ਼ ਨੇ ਸਕੀਮ ਲਾਈ ਕਿ ਘਰ ਦੇ ਵਿੱਚ ਸਿਲੰਡਰ ਪਿਆ ਸਿਲੰਡਰ ਖੋਲਾਂਗੇ ਤੇ ਤੀਲੀ ਵਾਲ ਕੇ ਸੁੱਟ ਦਾਂਗੇ ਲੋਕਾਂ ਨੂੰ ਕਿ ਘਰ ਦੇ ਵਿੱਚ ਸਿਲੰਡਰ ਨਾਲ ਫਟਣ ਕਰਕੇ ਸਿਲੰਡਰ ਦੇ ਅੱਗ ਲੱਗਣ ਕਾਰਨ ਇਹਨਾਂ ਤਿੰਨਾਂ ਹੀ ਮੌਤ ਹੋ ਗਈ। ਪਰ ਜੋ ਆਪਾਂ ਸੋਚਦੇ ਆਂ ਕਿ ਕਈ ਵਾਰੀ ਹੁੰਦਾ ਨਹੀਂ। ਕਤਲ ਤਿੰਨਾਂ ਦਾ ਕਰ ਦਿੱਤਾ। ਸਿਲੰਡਰ ਵਾਲੀ ਸਕੀਮ ਜਦੋਂ ਹੁਣ ਪਾਉਣ ਲੱਗੇ ਤੇ ਸਿਲੰਡਰ ਚ ਗੈਸ ਨਾਲ। ਫਿਰ ਇਹਨਾਂ ਨੇ ਮਿੱਟੀ ਦਾ ਤੇਲ ਪਾਇਆ। ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਉੱਥੋਂ ਫਰ ਹੋ ਗਏ। ਹੁਣ ਕਿਸੇ ਨੂੰ ਕੰਨੋਂ ਕੰਨੀ ਕੋਈ ਖਬਰ ਨਹੀਂ ਹੋਈ। ਹੋਰ ਪਿੰਡ ਦੇ ਵਿੱਚ ਪਰਚੂਨ ਦੀ ਦੁਕਾਨ ਹੈ ਪਰਚੂਨ ਦੀ ਦੁਕਾਨ ਤੋਂ ਆਲੇ-ਦਾਲ ਦੇ ਮਹੱਲੇ ਵਾਲਿਆਂ ਨੇ ਲੋਕਾਂ ਨੇ ਸੌਦਾ ਲੈਣਾ ਹੁੰਦਾ ਜਦੋਂ ਸਵੇਰੇ ਵੱਡਾ ਦਿਨ ਚੜ ਚੁੱਕਿਆ ਸੀ ਲੋਕਾਂ ਨੇ ਦੇਖਿਆ ਕਿ ਅੱਜ ਰਗਭੀਰ ਦੀ ਦੁਕਾਨ ਕਿਉਂ ਨਹੀਂ ਖੁੱਲੀ ਸੌਦਾ ਲੈਣਾ ਇੱਕ ਦੋ ਬੰਦੇ ਤਾਂ ਮੁੜ ਗਏ ਪਰ ਕਈ ਹੁੰਦੇ ਉਹ ਵੇਖਦੇ ਹੋਣੇ ਅਵਰਲ ਨਹੀਂ ਛਾਤੀ ਮਾਰੀ ਚੀਤਾਾਂ ਦੇਖਿਆ ਝੀਥਾਂ ਦੇ ਵਿੱਚ ਜਦੋਂ ਦੇਖਿਆ ਤੇ ਅੰਦਰੋਂ ਹੌਲੀ-ਹੌਲੀ ਧੂੰਆਂ ਅੰਦਰੋਂ ਹੌਲੀ-ਹੌਲੀ ਧੂਆਂ ਨਿਕਲ ਰਿਹਾ ਸੀ ਸ਼ੱਕ ਪੈਦਾ ਹੋਇਆ ਕਿ ਦਿਣ ਵੀ ਗੋਡੇ-ਗੋਡੇ ਚੜਾਇਆ ਦੁਕਾਨ ਵੀ ਅੱਜ ਤੱਕ ਕਦੇ ਹੋਇਆ ਨਹੀਂ ਕਿ ਬੰਦ ਰਹੀ ਹੋਵੇ ਅੱਜ ਦੁਕਾਨ ਬੰਦ ਪਈਆ ਅੰਦਰੋਂ ਧੂਆ ਨਿਕਲ ਰਿਹਾ ਆਂਡ ਗਵਾਂਡ ਸੱਦ ਲਿਆ ਤੇ ਆਂਡ ਗਵਾਂਡ ਨੇ ਪੁਲਿਸ ਸੱਦ ਲਈ ਜਦੋਂ ਵੇਖਿਆ ਤੇ ਅੰਦਰ ਤਿੰਨਾਂ ਦੀਆਂ ਅੱਧ ਸੜੀਆਂ ਲਾਸ਼ਾਂ ਪਈਆਂ ਸਨ ਤੇ ਉੱਥੋਂ ਫਿਰ ਪੁਲਿਸ ਰਿਆਂ ਕਮਾਲੀਆਂ ਗੋਟੀਆਂ ਅਗਲਦਾਲ ਦੇ ਕੱਢ ਲੈ ਸੀਸੀਟੀਵੀ ਕੈਮਰੇ ਫਿਰ ਸੁਭਾਸ਼ ਇੱਕ ਮੁਕਾਬਲੇ ਦੇ ਵਿੱਚ ਉੱਥੋਂ ਭੱਜਿਆ ਜਾ ਰਿਹਾ ਸੀ ਤੇ ਮੁਕਾਬਲੇ ਦੇ ਵਿੱਚ ਮਾਰਿਆ ਜਦੋਂ ਸੂ ਮਿਲੀ ਕਿ ਇਸ ਵਿਅਕਤੀ ਦਾ ਕੰਮ ਹੈ ਹੁਣ ਸੁਭਾਸ਼ ਦੇ ਕੋਲੋਂ ਤੇ ਇੱਕ ਹੋਰ ਵਿਅਕਤੀ ਜਿਹੜਾ ਇਹਦਾ ਵਕੀਲ ਸੀ ਦੋਵੇਂ ਗ੍ਰਿਫਤਾਰ ਕਰ ਲਏ ਤੇ ਦੋਵਾਂ ਨੂੰ ਗੋਲੀ ਪੁਲਿਸ ਤੇ ਵੀ ਚਲਾਈ ਇਹਨਾਂ ਵਰਦਿਆਂ ਨੇ ਇਹਨਾਂ ਦੇ ਕੋਲ ਇੱਕ ਪਿਸਟਲ ਇੱਕ ਬੰਦੂਕ 80000 ਰੁਪਇਆ ਨਕਦ ਕੁਝ ਗਹਿਣੇ ਗਹਿਣੇ ਤੇ ਨਕਦੀ ਇਹਨਾਂ ਨੇ ਬਬਲੂ ਦੇ ਘਰ ਵਿੱਚੋਂ ਚੁੱਕੀ ਸੀ ਤੇ ਇੱਕ ਮੋਟਰਸਾਈਕਲ ਇਸ ਦੇ ਸਮੇਤ ਗ੍ਰਿਫਤਾਰ ਕਰ ਲਿਆ ਪਰ ਹਾਲੇ ਬਬਲੂ ਦਾ ਭਰਾ ਗਜਿੰਦਰ ਪੁਲਿਸ ਦੀ ਗ੍ਰਿਫਤ ਵਿੱਚ ਆ ਨਹੀਂ ਸਕਿਆ ਹੁਣ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੀ ਕੁਝ ਕਢਵਾਉਂਦੀ ਆ ਕੀ ਇਹਨਾਂ ਦਾ ਇਹ ਪਹਿਲਾ ਹੀ ਕਤਲ ਸੀ ਇਹ ਤਿੰਨ ਪਹਿਲੀ ਵਾਰੀ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਇਹ ਸਨ ਅੱਜ ਦੀਆਂ ਕੁਝ ਚੰਗੀਆਂ ਤੇ ਮੰਦੀਆਂ ਖਬਰਾਂ ਜਿਹੜੀਆਂ ਆਲੇ-ਦੁਆਲੇ ਸਾਡੇ ਵਾਪਰੀਆਂ ਨੇ ਸੋ ਜੇਕਰ ਇਹ ਖਬਰਾਂ ਇਹ ਵਿਸਥਾਰ ਇਹ ਤਫਸੀਲ ਤੁਹਾਨੂੰ ਠੀਕ ਲੱਗੀ ਹੈ ਤਾਂ ਲਾਈਕ ਤੇ ਸ਼ੇਅਰ ਤਾਂ ਮੈਨੂੰ ਪਤਾ ਫਿਰ ਤੁਸੀਂ ਕਰ ਦੇਣਾ ਪਰ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਔਨ ਕਰਨੇ ਨਾ ਭੁੱਲਿਓ ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ